अस्सलामुअलैकुम वरहमतुल्लाह। तो सभी देखने वालों का वेलकम है मेरे शो में जिसका नाम है लो सांबो। अचानक गौस पाक का दरवाजा खड़का। FBI, open up! आपने पूछा कौन? इंजीनियर मोहम्मद अली मिर्जा। बारू आबाद आई, हजरत खिजर अलैहिस्सलाम आया। मैंने अब वो खिजर दरियाफ्त कर लिया। वो असल में खिजर नहीं है, वो शैतान है जो इंसानी शक्ल में आके मिलता है। लगता है मुर्दे बैठे हुए हैं सारे। आपने फरमाया किधर आए हो? मैं क्यों बताऊं? सरकार फलां इलाके दा कुतुब फौत हो गया, कुतुब लेने आया, कुतुब दियो। अबे साले, हुण तुसी पुछोगे कुतुब की हुंदा? दसो। जिहड़ियां माई चक्की चलांदियां सन, ਉਹ ਚੱਕੀ ਦੇ ਦੋ ਪੱਥਰ ਦੇ ਪਾਟ ਹੁੰਦੇ ਸਨ, ਵਿੱਚ ਇੱਕ ਲੱਕੜੀ ਦੀ ਕਿੱਲੀ। ਉਹ ਲੱਕੜੀ ਦੀ ਕਿੱਲੀ ਨੂੰ ਕੁਤਬ ਕਹਿੰਦੇ ਨੇ। ਆਹਾ, ਅਗਰ ਕੁਤਬ ਨੂੰ ਖੇਡ ਲਈਏ ਤਾਂ ਚੱਕੀ ਚੱਲਦੀ ਨਹੀਂ, ਚੱਲ ਸਕਦੀ ਨਹੀਂ। ਇਹ ਕਿਵੇਂ ਹੋ ਸਕਦਾ? ਵਲੀਆਂ 'ਚ ਕੁਤਬ ਉਸ ਬਰੀ ਨੂੰ ਕਿਹਾ ਜਾਂਦਾ ਜਿਹੜਾ ਚੱਕੀ ਦੇ ਕੁਤਬ ਦੀ ਤਰ੍ਹਾਂ ਪੂਰੇ ਇਲਾਕੇ ਦਾ ਨਿਜ਼ਾਮ ਚਲਾਉਂਦਾ। ਤੇ ਉਹ ਜਨਾਬ ਇੱਥੋਂ ਉੱਡਦਾ ਤੇ ਉੱਥੇ ਪਹੁੰਚ ਜਾਂਦਾ। ਅਸੀਂ ਸਮਝਦੇ ਹਾਂ MNA, MPA, ਚੇਅਰਮੈਨ ਸਾਹਿਬ, ਨਾਜ਼ਿਮ ਸਾਹਿਬ, ਕੌਂਸਲਰ ਸਾਹਿਬ, ਸਾਡੇ ਇਲਾਕੇ ਦਾ DPO, DCO ਨਿਜ਼ਾਮ ਚਲਾ ਰਿਹਾ ਹੈ। ਇਹ ਵੀ ਹਕੀਕਤ ਹੈ, ਮਗਰ ਅਸਲ ਹਕੀਕਤ ਵਿੱਚ ਹਰ ਇਲਾਕੇ ਦਾ ਨਿਜ਼ਾਮ ਚਲਾਣਾ ਉਸ ਇਲਾਕੇ ਦੇ ਕੁਤਬ ਦੀ ਡਿਊਟੀ ਹੁੰਦੀ ਹੈ। ਪਹਿਲੇ ਉਹ ਗੁਸਤਾਖਾਨਾ ਵੀਡੀਓਜ਼ ਜੋ ਨਬੀ ਇਸਲਾਮ ਕੇ ਖਿਲਾਫ YouTube ਪੇ ਚੜੀ ਹੋਈ ਹੈ, ਬਾਬੇ ਕਿਧਰ ਨੇ? ਮਾਰਨ ਨਾ ਨਿਗਾਹ, ਡਿਲੀਟ ਕਰੇ। ਔਰ ਫਿਰ ਇੱਕ ਬਾਬਾ ਜੀ ਹਮਾਰੇ ਕਹਾ ਕਰਤੇ ਥੇ, ਖਾਦਿਮ ਰਜ਼ਵੀ ਸਾਹਿਬ, ਅੱਲਾਹ ਤਾਲਾ ਉਨਕੀ ਗਲਤੀਓ ਸੇ ਦਰਗੁਜ਼ਰ ਫਰਮਾਏ, ਉਨਕੋ ਨੇਕ ਕਾਮੋ ਕਾ ਅਜਰ ਅਤਾ ਫਰਮਾਏ, ਆਮੀਨ। ਦੁਨੀਆ ਸੇ ਚਲੇ ਗਏ। ਉਹ ਜੀ ਮਾਂ ਮਾਲਿਕ ਫਰਮਾਉਂਦੇ ਨੇ ਉਮਤ ਮਰ ਜਾਏ ਕਿ ਨਬੀ ਦੀ ਗੁਸਤਾਖੀਆਂ ਹੋ ਰਹੀਆਂ ਨੇ ਔਰ ਉਮਤ ਕੁਝ ਨਹੀਂ ਕਰ। ਮਾਂ ਮਾਲਿਕ ਫਰਮਾਉਂਦੇ ਸਨ, ਫਿਰ ਉਮਤ ਜ਼ਿੰਦਾ ਕਿਉਂ ਹੈ? ਫਿਰ ਮਰ ਜਾਏ ਸਾਰੀ, ਫਿਰ ਮਰ ਜਾਏ ਸਾਰੀ ਪੂਰੀ ਆਲਮ ਇਸਲਾਮ ਇਸ ਵਕਤ ਜਾਂ ਤਾਂ ਮਰ ਜਾਏ, ਜਾਂ ਤਾਂ ਮਰ ਜਾਏ ਸਾਰਾ ਆਲਮ ਇਸਲਾਮ, ਜਾਂ ਫਿਰ ਹਜ਼ੂਰ ਕੀ ਇੱਜ਼ਤ ਪਰ ਪਹਿਰਾ ਦੇ। ਬਸ ਦੋ ਬਾਤੋਂ ਮੇਂ ਸੇ ਇੱਕ ਬਾਤ ਹੈ, ਬਸ ਜਾਂ ਸਾਰਾ ਇਕੱਠਾ ਹੋ ਕੇ ਮਰ ਜਾਏ ਤੇ ਜਾਂ ਫਿਰ ਫਰਾਂਸ ਕੋ ਜਵਾਬ ਦੇ। ਔਰ ਮੈਂ ਕਿਹਾ ਬਾਬਾ ਜੀ ਰੁਕੋ ਜ਼ਰਾ, ਸਬਰ ਕਰੋ, ਉਮਤ ਬਾਅਦ ਚ ਮਰੇ, ਪਹਿਲੇ ਉਹ ਬਾਬੇ ਮਰ ਜਾਣ ਜਿਨ੍ਹਾਂ ਦੀ ਡਿਊਟੀਆਂ ਨੇ, ਜਿਨ ਬਾਬੋ ਕੀ ਡਿਊਟੀਆਂ, ਗੌਸ ਕੁਤੁਬ ਅਬਦਾਲ ਕੀ ਤੁਮ ਲੋਗੋ ਨੇ ਕਲੇਮ ਕੀ ਹੋਈ ਹੈ ਨਾ, ਹਰ ਇਲਾਕੇ ਮੇਂ ਇੱਕ ਬਜ਼ੁਰਗ ਹੋਤਾ ਹੈ ਜੋ ਡਿਊਟੀ ਸੰਭਾਲ ਰਹਾ ਹੋਤਾ ਹੈ, ਪਹਿਲੇ ਉਹ ਬਾਬੇ ਕਿਉਂ ਨਾ ਮਰ ਜਾਏ ਜਿਨਕੀ ਡਿਊਟੀਆਂ ਕਿ ਉਹਨਾਂ ਨੇ ਡਿਊਟੀ ਪੂਰੀ ਨਹੀਂ ਕੀ ਹੈ। ਵੋ ਨਬੀ ਕਾ ਕਲਮਾ ਪੜਨੇ ਵਾਲੇ ਨਹੀਂ ਹੈ, ਨਬੀ ਕੇ ਉਮਤੀ ਨਹੀਂ ਹੈ, ਹਮਾਰੇ ਤੋਂ ਇਖਤਿਆਰ ਮੇਂ ਕੋਈ ਚੀਜ਼ ਨਹੀਂ ਹੈ, ਵੋ ਤੋ ਨਿਗਾਹ ਮਾਰ ਸਕਤੇ ਥੇ, ਮਾਰੋ ਨਾ ਨਿਗਾਹ। ਜਬ ਹਮ ਯੇ ਬਾਤ ਕਰਤੇ ਕਹਤੇ ਤੋਹੀਨ ਅਮੇਜ਼ ਰਵੱਈਆ, ਆਪ ਪੂਰੀ ਉਮਤ ਕਾ ਈਮਾਨ ਸਟੇਕ ਪੇ ਲਗਾ ਰਹੇ ਹੈ ਆਪਣੇ ਜ਼ੁਲਮ ਮੇਂ ਨਿਕਾਲੇ ਗਏ ਫਤਵੋਂ ਕੀ ਬੁਨਿਆਦ ਕੇ ਉੱਪਰ, ਕਿ ਜੀ ਉਮਤ ਮਰ ਜਾਏ ਗੁਸਤਾਖਾਨਾ ਖਾਕੋਂ ਪਰ। ਬਾਬੇ ਕਿਉਂ ਨਾ ਮਰੇ? ਉਹਨਾਂ ਨੇ ਗੁਸਤਾਖਾਨਾ ਖਾਕੇ ਮਿਟਾਨੇ ਕੇ ਲੀਏ ਕੋਈ ਕੋਸ਼ਿਸ਼ ਐਫਰਟ ਪੁੱਟ ਕਰਨੀ? ਵੈਸੇ ਸਾਇੰਸ ਨੇ ਬੜੇ ਬੜੋਂ ਕੀ ਮੱਟੀ ਪਲੀਤ ਕਰਕੇ ਰੱਖ ਦਿੱਤੀ ਹੈ, ਬੜੋਂ ਬੜੋਂ ਕੇ। तो ये उनका मजाक नहीं, हम उड़ाते, आप खुद उड़वाते हैं जब आप इस किस्म की बातें करते हैं, तो हम आपसे कहेंगे ना। चले, हम किसी को नहीं कहते, मैं अपने आप को कहता हूं, मेरी बुजुर्गी पर लानत हो कि अगर मैं निगाह मार के इस तरह का कोई काम कर सकूं और मैं नबी इस्लाम से मुतल्लिक गुस्ताखाना वीडियोस डिलीट ना करवाऊं, मेरी बुजुर्गी पर लानत, मेरी बुजुर्गी किस दिन काम आनी है? और मेरी बुजुर्गी पर लानत कि पिछले 100 साल से नजदी इमाम मक्के की इमामत करे और मस्जिद नबी शरीफ की, और मैं रोजाना 5 दफा उसी काबे की तरफ मुंह करके नमाज पढ़ूं, मेरी बुजुर्गी पे लानत कि मैं निगाह मार के इमाम काबा को हटा के अपना कोई बरेलवी इमाम नहीं वहां खड़ा कर लेता।